ਅਸੀਂ ਧੰਨਵਾਦ ਕਰਦੇ ਹਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ, ਜਿਨ੍ਹਾਂ ਨੇ ਪਾਣੀਆਂ ਦਾ ਰਾਖਾ ਹੋਣ ਦੇ ਨਾਲ ਨਾਲ ਪੰਜਾਬ ਦਾ ਰਾਖਾ ਹੋਣ ਦਾ ਵੀ ਫਿਰ ਇੱਕ ਵਾਰੀ ਸਬੂਤ ਦਿੱਤਾ ਹੈ। ਸਾਰੀ ਸਰਬਸੰਮਤੀ ਦੇ ਨਾਲ ਸਾਰੇ ਹੋਸ ਨੇ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ ਹੈ। ਇਹ ਸਦਨ ਤੋਂ ਬਾਅਦ ਇਹ 3:30 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਅੰਦਰ ਸਾਰੇ MLA, ਚਾਹੇ ਅਕਾਲੀ ਦਲ ਦੇ ਹੈ, ਚਾਹੇ ਆਮ ਆਦਮੀ ਪਾਰਟੀ ਦੇ ਹੈ, ਚਾਹੇ ਕੋਈ ਹੋਰ ਇੰਡੀਪੈਂਡੈਂਟ ਹੈ, ਸਾਰੇ ਉਹਨਾਂ ਦੀ ਅਗਵਾਈ ਦੇ ਅੰਦਰ ਗਵਰਨਰ ਦੇ ਕੋਲ ਜਾਵਾਂਗੇ ਔਰ ਗਵਰਨਰ ਨੂੰ ਪੰਜਾਬ ਪੂਰਾ ਮੈਮੋਰੰਡਮ ਦੇਗਾ ਔਰ ਇਹ ਹੁਣ ਆਰ ਪਾਰ ਦੀ ਲੜਾਈ ਪੂਰਾ ਪੰਜਾਬ ਲੜ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਅੰਦਰ ਪੂਰੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇੱਕ ਜੁੱਟ ਹੋ ਕੇ ਇਹ ਕੇਂਦਰ ਦੇ ਖਿਲਾਫ਼ ਲੜਾਈ ਲੜਾਂਗੇ। ਅਸੀਂ ਧੰਨਵਾਦ ਕਰਦੇ ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ, ਜਿਨ੍ਹਾਂ ਨੇ ਪਾਣੀਆਂ ਦਾ ਰਾਖਾ ਹੋਣ ਦੇ ਨਾਲ ਨਾਲ ਪੰਜਾਬ ਦਾ ਰਾਖਾ ਹੋਣ ਦਾ ਵੀ ਫਿਰ ਇੱਕ ਵਾਰੀ ਸਬੂਤ ਦਿੱਤਾ ਹੈ। ਸਾਰੀ ਸਰਬਸੰਮਤੀ ਦੇ ਨਾਲ ਸਾਰੇ ਹੋਸ ਨੇ ਮੁੱਖ ਮੰਤਰੀ ਜੀ ਦਾ ਧੰਨਵਾਦ ਕੀਤਾ ਹੈ। ਇਹ ਸਦਨ ਤੋਂ ਬਾਅਦ ਇਹ 3:30 ਵਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਅੰਦਰ ਸਾਰੇ MLA, ਚਾਹੇ ਅਕਾਲੀ ਦਲ ਦੇ ਹੈ, ਚਾਹੇ ਆਮ ਆਦਮੀ ਪਾਰਟੀ ਦੇ ਹੈ, ਚਾਹੇ ਕੋਈ ਹੋਰ ਇੰਡੀਪੈਂਡੈਂਟ ਹੈ, ਸਾਰੇ ਉਹਨਾਂ ਦੀ ਅਗਵਾਈ ਦੇ ਅੰਦਰ ਗਵਰਨਰ ਦੇ ਕੋਲ ਜਾਵਾਂਗੇ ਔਰ ਗਵਰਨਰ ਨੂੰ ਪੰਜਾਬ ਪੂਰਾ ਮੈਮੋਰੰਡਮ ਦੇਗਾ ਔਰ ਇਹ ਹੁਣ ਆਰ ਪਾਰ ਦੀ ਲੜਾਈ ਪੂਰਾ ਪੰਜਾਬ ਲੜ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਅੰਦਰ ਪੂਰੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇੱਕ ਜੁੱਟ ਹੋ ਕੇ ਇਹ ਕੇਂਦਰ ਦੇ ਖਿਲਾਫ਼ ਲੜਾਈ ਲੜਾਂਗੇ।